ਉਹ ਦੋਸਤੋ ਤੁਸੀਂ ਸੁਣਿਆ ਪਹਿਲਾਂ ਪੁਰਾਣੇ ਜ਼ਮਾਨੇ 'ਚ ਮਿਰਜ਼ਾ ਤੇ ਸਾਹਿਬਾ ਹੁੰਦੇ ਸੀਗੇ, ਦੋਨਾਂ ਦਾ ਬੜਾ ਪਿਆਰ ਸੀ। ਤੇ ਅੱਜ ਦਾ ਟਾਈਮ ਦਾ ਜਿਹੜਾ ਮਿਰਜ਼ਾ, ਮਾਡਰਨ ਮਿਰਜ਼ਾ ਜਿਹੜਾ ਹੈਗਾ, ਥੋੜਾ ਜਿਹਾ ਨਸ਼ਿਆਂ 'ਚ ਪੈ ਗਿਆ, ਉਹਦੇ ਬਾਰੇ ਥੋੜੀ ਜਿਹੀ ਕਵਿਤਾ ਲਿਖੀ ਹੈ। ਮੇਰਾ ਨਾਮ ਮਿੰਟੂ ਹੈ, ਮਿੰਟੂ ਨੇ। ਸਾਹਿਬਾ ਕਹਿੰਦੀ, ਉੱਠ ਨੀਂਦ ਸੇ ਮਿਰਜ਼ਾ, ਜਾਗ ਜਾ, ਤੇਰੀ ਸਾਹਿਬਾ ਕਰੇ ਪੁਕਾਰ। ਜਿਹੜਾ ਅੱਜ ਦਾ ਮਿਰਜ਼ਾ, ਮਾਡਰਨ ਮਿਰਜ਼ਾ ਕਹਿੰਦਾ, ਰਾਤ ਦੇ ਡੋਡੇ ਪੀਤੇ ਐ ਮੈਨੂੰ ਸੌਣ ਦੇ ਯਾਰ। ਸਾਹਿਬਾ ਕਹਿੰਦੀ, ਫਿਟੇ ਲਾਂਤ ਤੇਰੇ ਲਾਂਤੀਆ, ਮੈਂ ਨਹੀਂ ਕਰਦੀ ਤੈਨੂੰ ਪਿਆਰ। ਸਾਹਿਬਾ ਦੇ ਭਰਾ ਆਏ, ਕਹਿੰਦੇ, ਅਸੀਂ ਨੀ ਮਿਰਜ਼ੇ ਨੂੰ ਮਾਰ ਮਕਾਣਾ, ਡੋਡੇ ਪੀ ਪੀ ਅੱਧ ਮਰਿਆ ਹੋਇਆ, ਮਰਿਆ ਸੱਪ ਨੀ ਗੱਲ ਪਾਣਾ, ਸਾਨੂੰ ਫੜ ਲਿਆ ਜੇ ਪੁਲਿਸ ਨੇ, ਸਾਡੀ ਤਾਂ ਜਮਾਨਤ ਵੀ ਨੀ ਹੋਣੀ ਯਾਰ। ਉੱਠ ਨੀਂਦ ਸੇ ਮਿਰਜ਼ਾ, ਜਾਗ ਜਾ, ਤੇਰੀ ਸਾਹਿਬਾ ਕਰੇ ਪਕਾਰ। ਮਿਰਜ਼ੇ ਨੂੰ, ਮਿਰਜ਼ੇ ਦੀ ਭੈਣ ਨੂੰ ਭਾਬੀ ਕਹਿੰਦੀ, ਪਹਿਲੇ ਜ਼ਮਾਨੇ 'ਚ ਖਾਲੀ ਘੋੜੀ ਹਿਣਕਦੀ ਸੀ, ਉੱਤੇ ਮਿਰਜ਼ਾ ਨਹੀਂ ਸੀ ਆਉਂਦਾ, ਹੁਣ ਦੇ ਜ਼ਮਾਨੇ 'ਚ ਦੇਖ, ਹੁਣ ਵੀ ਏਦਾਂ ਹੀ ਹੁੰਦਾ ਆਉਂਦਾ। ਭੈਣ ਕਹਿੰਦੀ, ਭਾਬੀ, ਘੋੜੀ ਤਾਂ ਖਾਲੀ ਹਿਣਕਦੀ ਹੈ, ਪਿੱਛੇ ਡਿੱਗਦਾ ਢੈਂਦਾ ਮਿਰਜ਼ਾ ਆਉਂਦਾ। ਭਾਬੀ ਸੋਚ ਸੋਚ ਕੇ ਹੈਰਾਨ, ਇਹ ਕਿਹੋ ਜਿਹਾ ਪਿਆਰ। ਘਰ ਆਏ ਮਿਰਜ਼ੇ ਨੂੰ ਭਾਬੀ ਕਹਿੰਦੀ, ਮਿਰਜ਼ਾ ਸਾਹਿਬਾ ਨਾਲ ਲਿਆਇਆ। ਕਹਿੰਦਾ, ਭਾਬੀ, ਡੋਡਿਆਂ ਦਾ ਨਸ਼ਾ ਬਹੁਤ ਸੀ, ਮੈਂ ਤਾਂ ਆਪ ਬੜੀ ਮੁਸ਼ਕਲ ਤੁਰ ਕੇ ਆਇਆ। ਭਾਬੀ ਕਹਿੰਦੀ, ਨਸ਼ੇੜੀਆ, ਇਹ ਕਿਹੋ ਜਿਹਾ ਪਿਆਰ। ਮਿਰਜ਼ਾ ਕਹਿੰਦਾ, ਫਿਕਰ ਨਾ ਕਰ ਭਾਬੀ, ਸਾਹਿਬਾ ਕੱਲ ਨੂੰ ਲੈ ਕੇ ਆਊ, ਕੱਲ ਨੂੰ ਡੋਡੇ ਪੀ ਕੇ ਨਹੀਂ, ਕੱਲ ਨੂੰ ਦਾਰੂ ਪੀ ਕੇ ਜਾਊ, ਫਿਰ ਦਲੇਰੀ ਆਊ, ਫਿਰ ਸਾਹਿਬਾ ਲੈ ਕੇ ਆਊ। ਨੈਕਸਟ ਪਾਰਟ ਮੈਂ ਤੁਹਾਨੂੰ ਉਹਨੇ